ਪੰਜਾਬ ਦੀ ਖੋਰ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਜੱਜ ਦੇ ਘਰ 22 ਤੋਲਾ ਸੋਨੇ ਦੇ ਗਹਿਣੇ ਅਤੇ 20,000 ਰੁਪਏ ਨਗਦ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜੱਜ ਦੇ ਘਰ ਕੰਮ ਕਰਨ ਵਾਲੀ 23 ਸਾਲ ਦੀ ਮਮਤਾ ਤੇ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਲੜਕੀ ਵੱਲੋਂ ਦੱਸਿਆ ਗਿਆ ਕਿ ਉਸਨੂੰ ਰਾਤ ਦੇ 9 ਵਜੇ ਜੱਜ ਵੱਲੋਂ ਘਰ ਬੁਲਾ ਕੇ ਪੁਲਿਸ ਅੱਗੇ ਪੇਸ਼ ਕੀਤਾ ਗਿਆ ਮੈਨੂੰ ਸ਼ਨੀਵਾਰ ਧੋਖੇ ਨਾਲ ਸੱਦਿਆ ਜੱਜ ਨੇ ਆਪਣੇ ਘਰ 9:30 ਵਜੇ ਉੱਥੇ ਮੈਨੂੰ ਉਹਨਾਂ ਨੇ ਫੜਾ ਦਿੱਤਾ ਪੁਲਿਸ ਵੱਲੋਂ ਮਮਤਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੁੱਟਿਆ ਮਾਰਿਆ ਵੀ ਗਿਆ ਅਤੇ ਉਸਦੇ ਕੱਪੜੇ ਉਤਾਰ ਕੇ ਉਸ ਨਾਲ ਬਹੁਤ ਹੀ ਬਹਿਰਹਿਮੀ ਨਾਲ ਬੁਰਾ ਵਰਤਾਵ ਕੀਤਾ ਗਿਆ ਲੜਕੀ ਵੱਲੋਂ ਦੱਸਿਆ ਗਿਆ ਕਿ ਉਸ ਸਮੇਂ ਉੱਥੇ ਕੋਈ ਵੀ ਲੇਡੀ ਪੁਲਿਸ ਮੌਜੂਦ ਨਹੀਂ ਸੀ ਮਮਤਾ ਵੱਲੋਂ 3 ਪੁਲਿਸ ਕਰਮਚਾਰੀਆਂ ਦੇ ਨਾਮ ਵੀ ਸਾਹਮਣੇ ਆਏ ਹਨ ਮੈਨੂੰ ਮੰਗਲ ਨੇ ਔਰ ਅਸ਼ਵਨੀ ਨੇ ਔਰ ਐਸਐਚ ਨੇ ਤੇ ਇੱਕ ਮੈਨੂੰ ਚੌਥੇ ਬੰਦੇ ਦਾ ਨਾਮ ਨਹੀਂ ਪਤਾ ਹੈਗਾ ਉਹ ਨਾ ਐਨਕਾ ਲਾਉਂਦੇ ਆ ਉਹੀ ਮੈਨੂੰ ਲੈ ਕੇ ਜਾਂਦੇ ਤੇ ਉਹੀ ਮੈਨੂੰ ਮਤਲਬ ਇੱਕ ਮਾਰਦੇ ਕੁੱਟਦੇ ਜ਼ਿਆਦਾ ਜਿੱਥੇ ਮੰਗਲ ਅਸ਼ਵਨੀ ਅਤੇ ਐਸਐਚਓ ਵੱਲੋਂ ਲੜਕੀ ਨੂੰ ਕੁੱਟਿਆ ਮਾਰਿਆ ਗਿਆ ਅਤੇ ਕਾਫੀ ਟੋਰਚਰ ਵੀ ਕੀਤਾ ਗਿਆ ਕਿ ਜੇਕਰ ਉਹ ਸਾਰਾ ਇਲਜ਼ਾਮ ਆਪਣੇ ਸਿਰ ਨਾ ਲੈ ਲਵੇ ਤਾਂ ਉਸਦੀ ਮਾਤਾ ਅਤੇ ਉਸਦੀ ਭੈਣ ਨੂੰ ਵੀ ਇਸੇ ਤਰ੍ਹਾਂ ਹੀ ਮਾਰਿਆ ਕੁੱਟਿਆ ਜਾਵੇਗਾ ਮੇਰਾ ਨਾਮ ਮਮਤਾ ਪਿੰਡ ਵਾਲੇ ਚੱਕ ਦੀ ਰਹਿਣ ਵਾਲੀ ਹੈ ਮੈਨੂੰ ਸ਼ਨੀਵਾਰ ਧੋਖੇ ਨਾਲ ਸੱਦਿਆ ਜੱਜ ਨੇ ਆਪਣੇ ਘਰ 9:30 ਵਜੇ ਉੱਥੇ ਮੈਨੂੰ ਉਹਨਾਂ ਨੇ ਫੜਾ ਦਿੱਤਾ ਫਿਰ ਪੁਲਿਸ ਵਾਲੇ ਲੇਡੀਜ਼ ਕਿਸੇ ਨੇ ਨਹੀਂ ਮੈਨੂੰ ਕੁੱਟਿਆ ਮੈਨੂੰ ਦਿਨੇ ਵੀ ਜੈਂਟਸ ਨੇ ਕੁੱਟਿਆ ਰਾਤ ਵੀ ਜੈਂਟਸ ਨੇ ਕੁੱਟਿਆ ਸੀ ਮੈਨੂੰ ਮੰਗਲਸ ਨੇ ਔਰ ਅਸ਼ਵਨੀ ਨੇ ਔਰ ਐਸਐਚਓ ਨੇ ਅਤੇ ਇੱਕ ਮੈਨੂੰ ਚੌਥੇ ਬੰਦੇ ਦਾ ਨਾਮ ਨਹੀਂ ਪਤਾ ਹੈਗਾ ਉਹ ਨਾ ਐਨਕਾ ਲਾਉਂਦੇ ਆ ਉਹੀ ਮੈਨੂੰ ਲੈ ਕੇ ਜਾਂਦੇ ਅਤੇ ਉਹੀ ਮੈਨੂੰ ਮਤਲਬ ਇੱਕ ਮਾਰਦੇ ਕੁੱਟਦੇ ਜ਼ਿਆਦਾ ਮੈਨੂੰ ਰਾਤ ਉਹਨਾਂ ਨੇ ਉੱਥੇ ਰੱਖਿਆ ਜੇ ਉੱਥੇ ਆਪਣੇ ਥਾਣੇ ਵਿੱਚ ਹੀ ਰੱਖਿਆ ਜੇ ਮੈਨੂੰ ਚਪੇੜਾ ਨਾ ਮਾਰਦੇ ਸੀ ਕਰੰਟ ਲਾਉਂਦੇ ਸੀ ਮੈਨੂੰ ਕੱਪੜੇ ਲਾਉਂਦੇ ਸੀ ਆਪਣੇ ਹੱਥਾਂ ਨਾਲ ਮੇਰੇ ਮੈਨੂੰ ਟੋਰਚਰ ਕਰਦੇ ਮੈਨੂੰ ਕਹਿੰਦੇ ਬਕ ਜਾ ਨਹੀਂ ਤਾਂ ਤੇਰੀ ਭੈਣ ਨੂੰ ਵੀ ਲੈ ਆਉਣਾ ਤੇਰੀ ਮਾਂ ਨੂੰ ਵੀ ਇੱਥੇ ਨੰਗਾ ਕਰਕੇ ਮਾਰਾਂਗੇ ਸਾਰਿਆਂ ਦੇ ਸਾਹਮਣੇ ਕਰੰਟ ਮੇਰੇ ਛਾਤੀ 'ਤੇ ਲਾਉਂਦੇ ਸੀ ਕਰੰਟ ਕੌਣ ਲਾਉਂਦਾ ਸੀ ਕਰੰਟ ਮੰਗਲ ਲਾਉਂਦਾ ਸੀ ਕੋਈ ਲੇਡੀਜ਼ ਪੁਲਿਸ ਨਹੀਂ ਉੱਥੇ ਸਿਰਫ ਜੈਂਟਸ ਹੀ ਚਾਰੇ ਜਾਣੇ ਉਦੋਂ ਵੀ ਜੈਂਟਸ ਹੀ ਆਏ ਸਾਰੇ ਮੈਨੂੰ ਕੁਛ ਵੀ ਨਹੀਂ ਪੁੱਛਦੇ ਬਸ ਮਾਰੀ ਜਾਂਦੇ ਸੀ ਆਂਦੇ ਕਹਿੰਦੇ ਵੀ ਚੋਰੀ ਤੂੰ ਕੀਤੀ ਹੈ ਚੋਰੀ ਤੂੰ ਕੀਤੀ ਆ ਮੈਂ ਕਿਹਾ ਮੈਂ ਚੋਰੀ ਜਦੋਂ ਨਹੀਂ ਕੀਤੀ ਸਾਡੇ ਘਰ ਵੀ ਤਲਾਸ਼ੀ ਕੀਤੀ ਕੁਛ ਨਹੀਂ ਨਿਕਲਿਆ ਹੈਗਾ ਅਤੇ ਫਿਰ ਬਾਅਦ 'ਚ ਉੱਥੇ ਜਾ ਕੇ ਇਹਨਾਂ ਨੇ ਮੈਨੂੰ ਰਾਤ 'ਚ ਵੀ ਬੜਾ ਕੁੱਟਿਆ ਸੀ ਗੰਦੀਆਂ ਗਾਲਾਂ ਕੱਢਦੇ ਸੀ ਮੈਨੂੰ ਮੰਗਲ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢਦਾ ਸੀ ਹਾਂਜੀ ਐਸ ਐਚ ਓ ਵੀ ਮੈਨੂੰ ਬਹੁਤ ਗੰਦੀਆਂ ਗਾਲਾਂ ਕੱਢਦਾ ਸੀ ਕੁਛ ਵੀ ਬਰਾਮਦ ਨਹੀਂ ਹੋਇਆ ਸਾਡੇ ਘਰੋਂ ਕਿੰਨੇ ਵਜੇ ਤੁਹਾਨੂੰ ਛੱਡਿਆ ਗਿਆ ਮੈਨੂੰ ਕੱਲ੍ਹ ਛੱਡਿਆ ਹੀ ਰਾਤੀ ਇਹਨਾਂ ਨੇ 11:30 ਵਜੇ ਸਰਪੰਚਾਂ ਨੇ ਹੱਥ ਭੇਜਿਆ ਮੈਨੂੰ ਇਹਨਾਂ ਨੇ ਨੋਰਮਲ ਕੱਪੜੇ ਪਾਏ ਸੀ ਹਾਂਜੀ ਮੰਗਲ ਨੇ ਵੀ ਨਹੀਂ ਵਰਦੀ ਪਾਈ ਨਾ ਅਸ਼ਵਨੀ ਨੇ ਵਰਦੀ ਪਾਈ ਸੀ ਬਾਕੀਆਂ ਨੇ ਵਰਦੀ ਪਾਈ ਜਿਹੜੇ ਐਸ ਐਚ ਓ ਨਾਲ ਮੁੰਡੇ ਹੁੰਦੇ ਸੀ ਅਤੇ ਮਾਰਦੇ ਕੁੱਟਦੇ ਉੱਥੇ ਕਰੰਟ ਲਾਉਂਦੇ ਸੀ ਹਾਂਜੀ ਮੈਨੂੰ ਅੰਕਲ ਹੁਣੀ ਲੈ ਕੇ ਆਏ ਆ ਹਾਂਜੀ ਕੀ ਮੰਗ ਕਰਦੇ ਸਾਨੂੰ ਬਸ ਉਹ ਚਾਹੀਦੀ ਆ ਬਸ ਜਿੱਦਾਂ ਇਹਨਾਂ ਨੇ ਮੇਰੀ ਇੱਜ਼ਤ ਖਰਾਬ ਕੀਤੀ ਇਹਨਾਂ ਨੂੰ ਵੀ ਨੌਕਰੀ ਤੋਂ ਲੱਥਣਾ ਚਾਹੀਦਾ ਇਹ ਵੀ ਇਨਸਾਫ਼ ਚਾਹੀਦਾ ਹਾਂਜੀ ਸਾਨੂੰ ਬੇਟੀ ਨੂੰ 9 ਵਜੇ ਫੋਨ ਕੀਤਾ ਇਹਨੇ ਜੱਜ ਸਾਹਿਬ ਨੇ ਕਹਿੰਦੀ ਵੀ ਮਮਤਾ ਤੂੰ ਕੰਮ 'ਤੇ ਆ ਮੇਰੇ ਆਉਣ ਤੋਂ ਪਹਿਲਾਂ ਤੂੰ ਕੰਮ ਕਰ ਮੈਂ ਪਹੁੰਚਣ ਵਾਲੀ ਹਾਂ ਅਤੇ ਉਸ ਤੋਂ ਬਾਅਦ ਮੈਨੂੰ 11 ਵਜੇ ਫੋਨ ਆਇਆ ਵਾ ਵੀ ਤੁਹਾਡੀ ਬੇਟੀ ਨੂੰ ਥਾਣੇ ਲਿਆਂਦਾ ਗਿਆ ਵਾ ਤੁਸੀਂ ਆਪਣੀ ਬੇਟੀ ਨੂੰ ਆਣ ਕੇ ਅਤੇ ਇੱਥੇ ਮਿਲ ਸਕਦੇ ਹੋ ਫਿਰ ਉਸ ਤੋਂ ਬਾਅਦ ਮੈਂ ਬੇਟੀ ਨੂੰ ਮਿਲਣ ਵਾਸਤੇ ਗਈ ਹਾਂ ਅਤੇ ਬਾਅਦ 'ਚੋਂ ਇਹਨਾਂ ਨੇ ਮੈਨੂੰ ਬੇਟੀ ਨਹੀਂ ਦਿਖਾਈ ਅਤੇ ਉਸ ਤੋਂ ਬਾਅਦ ਮੈਂ ਜਦੋਂ ਦੁਬਾਰਾ ਗਈ ਹਾਂ ਅਤੇ ਇਹਨਾਂ ਨੇ 3:30 ਵਜੇ ਮੇਰੀ ਬੇਟੀ ਨੂੰ ਗੱਡੀ ਭਰ ਕੇ ਪੁਲਿਸ ਦੀ ਸਾਡੇ ਘਰ ਆ ਗਏ ਆ ਸਾਡੇ ਘਰ ਦੀ ਤਲਾਸ਼ੀ ਕੀਤੀ ਆ ਸਰਪੰਚ ਸਾਹਿਬ ਮੌਕੇ 'ਤੇ ਆ ਸਾਡੇ ਆ ਪਿੰਡ ਦੇ ਹੋਰ ਵੀ ਆਂਢੀ ਗੁਆਂਢੀ ਸਾਡੇ ਪਾਸ ਸੀ ਉਹਨਾਂ ਨੇ ਪੁੱਛਿਆ ਸਾਡੇ ਘਰੋਂ ਕੋਈ ਚੀਜ਼ ਨਹੀਂ ਨਿਕਲੀ ਸਾਡਾ ਲੀੜਾ ਕੱਪੜਾ ਇਹਨਾਂ ਨੇ ਸਾਰਾ ਬਾਰੀਆਂ 'ਚੋਂ ਕੱਢਿਆ ਕੋਈ ਚੀਜ਼ ਨਹੀਂ ਇਹਨਾਂ ਨੂੰ ਮਿਲੀ ਇਹਨਾਂ ਨੇ ਮੇਰੀ ਬੇਟੀ ਨੂੰ ਘਰ ਵੀ ਬੜਾ ਮਾਰਿਆ ਇਹਨਾਂ ਗੱਡੀ 'ਚ ਬਾਲ ਕੇ ਵੀ ਬਹੁਤ ਜ਼ਿਆਦਾ ਮਾਰਿਆ ਮੈਨੂੰ ਇਨਸਾਫ਼ ਚਾਹੀਦਾ ਸਾਲ ਹੋ ਗਿਆ ਥਾਣੇ ਨੂੰ 2 ਦਿਨ ਰੱਖਿਆ ਗਿਆ ਹਾਂਜੀ ਸ਼ਨੀਵਾਰ ਦੀ ਰੱਖੀ ਆ ਇਹਨਾਂ ਨੇ ਰਾਤੀ ਐਤਵਾਰ 11:30 ਲੈ ਕੇ ਆਇਆ ਮੈਨੂੰ ਫੋਨ ਆਇਆ ਸੀ ਕਹਿੰਦੇ ਆਪਣੀ ਛੋਟੀ ਬੇਟੀ ਅਤੇ ਇਹਦੀ ਮੰਮੀ ਨੂੰ ਲੈ ਕੇ ਆਓ ਜੇ ਤਾਂ ਇਹਦੇ ਚਿੱਟੇ ਚੌਲ ਕੀਤੇ ਇਹ ਤਾਂ ਤੇਰੇ ਕੀਤੇ ਜਾਣਗੇ ਪਰ ਮੈਂ ਨਹੀਂ ਗਈ ਮੈਂ ਕਿਹਾ ਸਾਡੇ ਪਿੰਡ ਦਾ ਮੁਖੀਆ ਜਾਏਗਾ ਮੈਂ ਬੇਟੀ ਲੈਣ ਨਹੀਂ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜੋਨ ਬਾਬਾ ਮਸਤੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਾਨੂੰ ਪਿੰਡ ਆਲੇ ਚੱਕ ਜੋ ਸਾਡੀ ਚੱਲਦੀ ਇਕਾਈ ਹੈ ਜਥੇਬੰਦੀ ਅਧੀਨ ਉਹਦੇ ਤੋਂ ਇਹ ਖਬਰ ਮਿਲੀ ਹੈ ਕਿ ਪਿਛਲੇ ਕੁਛ ਦਿਨੀ ਜੱਜ ਸਾਹਿਬ ਦੇ ਘਰ ਚੋਰੀ ਹੋਈ ਹੈ ਅਤੇ ਇਹ ਬੇਟੀ ਜੱਜ ਸਾਹਿਬ ਦੇ ਘਰ ਝਾੜੂ ਪੋਚੇ ਦਾ ਕੰਮ ਕਰਦੀ ਹੈ ਇਹ ਕ੍ਰਿਸਚਨ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਅਤੇ ਜਿਹਦੇ ਵਿੱਚ ਚੋਰੀ ਦੇ ਬਾਅਦ ਇਹਨਾਂ ਨੂੰ 1 ਤਰੀਕ ਤੋਂ ਪੁਲਿਸ ਨੇ ਘਰੋਂ ਕੰਮ ਕਰਨ ਵਾਸਤੇ ਗਈ ਉੱਥੋਂ ਪੁਲਿਸ ਫੜ ਕੇ ਲੈ ਗਈ ਹੈ ਅਤੇ 2 ਤਰੀਕ ਰਾਤ 11 ਵਜੇ ਤੱਕ
थाने दे विच रखा गया ते अन्ना तशद्दुद जिहड़ा इत्थे ढाया गया वा जो इन्हां दे कहण तों आया वा कि कपड़े उतार के ते थर्ड डिग्री टॉर्चर जिहड़ा वा उह जेंट्स वल्लों कीता गया वा जिहड़ी कि बहुत माड़ी गल है। असीं सीएम साहब नूं इह करदे हां कि इहो जिहा बदलाव सानूं चाहीदा सी अपनी धीआं बेटियां वास्ते, बहुत माड़ी गल है। ते इहो जिहे पुलिस अफसरां तों असीं इंसाफ की की गुहार ला सकते हैं, की इंसाफ की भाल कर सकते हैं कि अज इत्थे बैठी है तो इंसाफ सानूं पुलिस ने देना वा, पर इहो जिही पुलिस ते सानूं इंसाफ की कोई आस नहीं बजदी, ना इन्हां सरकारां ते बजदी है। ये की हो रहा वा, ये थले झाती मारी जाए कि एक धी दे कसूर यह है कि वह एक जज दे घरे झाड़ू पोचे का काम करी, गरीब है, सिर्फ ये कसूर है। काम करना किसी के घर कोई दोष नहीं है, पर जे चोरी हुई है उसके तरीके ने, कोई रिमांड लिया जाए, कुछ किया जाए। जिथे सरकार दवाइया पाँदी है कि असी जी लेडी है इनू 5 बजे तो थाने नहीं रखा जाएगा, कि इन वास्ते वो रूल लागू नहीं है, इनू क्यों 3 दिन थाने रखा गया, उसे रातां थाने रखा गया, 11:30 बजे रात जाके सरपंच साहब लैके आए ने। तो पर इहदी हालत जो जथेबंदी को जदों गल आई है वेखी है, कंडीशन माड़ी सी, इन्हें होस्पिटल लिया के एडमिट कराया वा, तो यही ट्रीटमेंट जी चलन रही है। तो अगला एक्शन ये है कि साढ़े जेडे ये अधिकारी ने इन्हों सस्पेंड किया जाए, योजे इंसाफ नहीं दे सकते सानू, सानू इस इंसाफ की लोड़ नहीं है। जे नहीं मिलता इंसाफ तो जथेबंदी वास्ते वड्डे एक्शन जोड़े वो लिखेगी नहीं, लेडी पुलिस वालों नहीं दस्या गया कि लेडी पुलिस नहीं हैगी, जेंट्स ही सके। SSO साहब के 2 होर नाल मुलाजम जोड़े ने उन्होंने जो पछाणती, किसी नहीं पछाणती, नाम उन्होंने मैनशन करवा दते ने सारे, पर उन्होंने कपड़े उतार के कुटना कि यार एक जे कोई बाहरों कोई किसी धी भैन हाथ पाँदा तो किनिया धरावं उत्ते लग जाए ने, कि वह धरावं सिर्फ आम लोगों वास्ते ने, इस प्रशासन वास्ते नहीं, एक कानून के दायरे से नहीं आता। माड़ी गल है, बहुत माड़ी गल है, इदा का नहीं होना चाहिए। आले चक की रहने वाली है, ठीक है, तो इन्हें अलैज किया कि मैं पुलिस ने टॉर्चर किया थाना सिटी के 23 साल की हैगी है। ये 2:05 तो मेरे को आई है ड्यूटी दौरान, तो मेडिकल लीगल करता 7 सट्टा है सारी ब्लंट दट्टा, एक दे दे अख दे लग गए, कुछ एक मूँह ते आ उहदे पट्टा ते आ, पिछे लक दे विच आ कुछ, ठीक है, ते एक हत्थां दे विच उहदे दोनों हत्थां ये बारे मैं नहीं कर सकता, पर फिर जिहड़ी जिस जगह साडी है आप ही दस सकदी, उहनूं पुछ सकदे साढ़े को मैडिकल लीगल कर दिता, उहदी ट्रीटमेंट चलन डही है, स्टेबल आ। ये लड़की जिहड़ी है एक जज साहब के घर जिहड़ा हैगा काम करती है, तो जज साहब जिहड़े छुट्टियां ते सी 16 तरीक तो लैके तो 26 तरीक तक, उन्होंने इनू एक दो वारी कहा भी तुसीं अजे सफाई ते नहीं आना, ये उहदे दी गैरहाजरी च भी सफाई करन गई, और जदों उन्हें पुछया तुसीं क्यों नहीं गए तो ये कोई जवाब नहीं दे सकी। उदों बाद जदों इन्होंने 26 तरीक नूं उन्हां नूं दस्या भी तुहाडे घर च चोरी हो गई है, तो जज साहब ने आके अपना समान चैक किया, उन्हों का सोना तो थोड़े पैसे जोड़े है वो चोरी होए ने, यदि तफ्तीश जी हम SSP साहब ने मैनू मार्क करती है, ये गल कुछ नहीं हुई, पुलिस ने जोड़ा सिर्फ क्योंकि जितने एलीगेशन लगता ज जितने डाउट हों पुछगिछ करनी होंगी है, और पुछगिछ भी जी थोड़ी चलो ये सख्ती तो किसी ने नहीं की, पर सख्ती ने भी करनी पैंती है। ये हूँ क्योंकि केस मेरे को आ गया, इस करके मैं ही तफ्तीश कराँगा, फिलहाल साढ़े सामने तो इदा की कोई गल नहीं आई कि इनू किसी ने टॉर्चर किया हो, कोई कोई किसी ने दबका मारिया हो, पुलिस ने सिर्फ पुछगिछ की आ, ये हूँ दाखिल क्यों डरती मारी हुई है, ये अगे कई रीजन हो सकते हैं, क्योंकि मेन शक जोड़ा हूँ तक की तफ्तीश का ये वालू जा रहा है, तो यह भी हो सकता भी ये कित आप ही इस तरीके कुछ कर लग पे, इनू सगों तफ्तीश सामना करना चाहिए। लगता नहीं कि जब पुलिस लेडी कॉन्स्टेबल के नाल ही पुछगिछ करनी चाहिए, जरूर कर दे जी, ये कानून च भी लिखा भी लेडी पुछगिछ करेगी, पर यह भी लिखा भी जेकर लेडी अवेलेबल नहीं हैगी SHO जां इहदे उपरला हायर ऑफिसर भी जिहड़ा हैगा वह पुछगिछ कर सकदा। शनिवार 11 बजे जिहड़ा उहनूं कुड़ी नूं रिहायशत विच लैणा, उस तों बाद ऐतवार नूं उहनूं रात नूं छड्डणा, परसनल कमरे दे विच रखणा जां हवालात दी बगैर, नहीं नहीं इस तरह नहीं होएगा किसी ने परसनल कमरे च रख्या होगा, क्योंकि मुकदमा ऑलरेडी चोरी का दर्ज हो चुका है, बकायदे की केस डायरी जिमनी लिखी होएगी, तफ्तीश इहनूं लियांदा होएगा, ऐसी गल नहीं भी कोई मुकदमा दर्ज होने तो बाद जेकर वो एलीगेशन ला रही तो फिर होर गल है, जेकर ये तो मुकदमा इस पास ना दर्ज होया हों फिर लभदी फिर असी सू भी मनन योग होनी सी गल हूँ, क्योंकि एक जज साहब ने परचा दर्ज कराया, और जुडिशियल जी वैसे ही बड़ी एक सच्ची तो निरपक्ष एजेंसी है, वो किसी तो गलत एलीगेशन नहीं लाएंगे,
इस करके असं यदि जी तफतीश तो ही हम अगले पास क्ढा भी असलीयत की है। जिस तरह डॉक्टर वालों एम एल कटी गई सत्त सटा जगह ने असं वेरीफाई कर लेंगे जी मैं अपनी तफतीश कि वह वाकई किसी वैपन सट लगी आ जा कि फार की टाइम लाई है ज कि टाइम पहल लगिया ने जो इनू बिठाया कि उन्ने टाइम दगिया ने जी हूँ लगिया ने वह सारा जोड़ा है क्योंकि मैं पुराना तफतीशी भी रहा इस करके मेरे अर्गे ऑफिसर इनू वेरीफाई करना कोई बहुत औखा गल नहीं है।